ਲੈ ਵੀ ਸਾਥੀ ਪਿਆਰਿਓ, ਤੁਹਾਡਾ ਸਵਾਗਤ ਆ ਆਪਣੇ ਚੈਨਲ ਜੱਗੀ ਮੋਟੋ ਬਲੌਗ 'ਤੇ। ਅਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਪਿੰਡ ਸਾਜਲੀ ਗੁੱਗਾ ਜ਼ਹਿਰ ਪੀਰ ਦੀ। ਅਤੇ ਅੱਜ ਦੀ ਕਹਾਣੀ ਤੁਹਾਨੂੰ ਸੁਣਾਵਾਂਗੇ ਤੱਖੀ ਨਾਗ ਦੀ, ਕਿਵੇਂ ਗੁੱਗਾ ਜ਼ਹਿਰ ਪੀਰ ਦੀ ਮੰਗ ਦਾ ਕਿੱਸਾ ਆਪਾਂ ਤੁਹਾਨੂੰ ਸੁਣਾਵਾਂਗੇ। ਜ਼ਿਲ੍ਹਾ ਸੰਗਰੂਰ ਅੱਜ ਦੇ ਵੀਡੀਓ ਵਿੱਚ ਇੱਕ ਹੋਰ ਕਥਾ ਸੁਣਾਉਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੇ ਵਿਆਹ ਸੰਬੰਧੀ ਕਥਾ, ਜੋ ਉਹਨਾਂ ਦੀ ਮੰਗ ਧਾਰੂ ਦੇਸ਼ ਦੇ ਰਾਜੇ ਦੀ ਲੜਕੀ ਦੇ ਨਾਲ ਹੋਈ ਸੀ। ਕਿਸੇ ਕਾਰਨ ਕਰਕੇ ਉਹ ਮੰਗ ਵਾਪਸ ਹੋ ਗਈ ਸੀ, ਤਾਂ ਉਹ ਰਿਸ਼ਤਾ ਟੁੱਟ ਗਿਆ ਸੀ। ਤਾਂ ਫਿਰ ਉਹਨਾਂ ਨੇ ਆਪਣੇ ਤੱਖੀ ਨਾਗ ਨੂੰ ਭੇਜ ਕੇ ਆਪਣੀ ਮੰਗ ਕਿਵੇਂ ਵਾਪਸ ਕਰਾਈ। ਬਣੇ ਰਹੋ ਵੀਡੀਓ 'ਤੇ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਅਤੇ ਕਥਾ ਨੂੰ ਸੁਣਦੇ ਰਹੋ। ਘਾਰੂ ਦੇਸ਼ ਦੇ ਵਿੱਚ ਇੱਕ ਰਾਜਾ ਜਿਸ ਦਾ ਨਾਮ ਛਿੰਜੀ ਰਾਜਾ ਸੀ, ਉਸ ਦੀ ਇੱਕ ਲੜਕੀ ਸੀ ਸ਼ੀਲਾ, ਸ਼ਿਜਾਜੀ ਵੀ ਕਹਿੰਦੇ ਹਾਂ। ਗੁੱਗਾ ਜ਼ਹਿਰ ਪੀਰ ਜੀ ਦਾ ਮੰਗਣਾ ਤੈਅ ਹੋਇਆ ਸੀ, ਤਾਂ ਇਹ ਗੱਲ ਜਦੋਂ ਤੈਅ ਹੋਈ ਜੋ ਗੁੱਗਾ ਜ਼ਹਿਰ ਪੀਰ ਦੀ ਮਾਤਾ ਬੀਬੀ ਵਸੀਆ ਉਹ ਨਹੀਂ ਚਾਹੁੰਦੀ ਸਨ ਕਿ ਗੁੱਗਾ ਜ਼ਹਿਰ ਪੀਰ ਜੀ ਦਾ ਵਿਆਹ ਘਾਰੂ ਦੇਸ਼ ਦੇ ਵਿੱਚ ਹੋਵੇ, ਤਾਂ ਕਿ ਉਹ ਦੇਸ਼ ਜਾਦੂ ਗਿਰਾਂ ਦਾ ਦੇਸ਼ ਮੰਨਿਆ ਜਾਂਦਾ ਸੀ। ਤਾਂ ਉਹਨਾਂ ਨੇ ਉਹ ਮੰਗਣਾ ਵਾਪਸ ਕਰਵਾ ਦਿੱਤਾ ਸੀ ਬਿਨਾਂ ਦੱਸੇ। ਗੁੱਗਾ ਜ਼ਹਿਰ ਪੀਰ ਨੂੰ ਕੁਝ ਸਮੇਂ ਬਾਅਦ ਜਦੋਂ ਉਹਨਾਂ ਨੂੰ ਪਤਾ ਚੱਲਿਆ ਤਾਂ ਉਹ ਬਹੁਤ ਗੁੱਸੇ ਵਿੱਚ ਆਏ। ਤਾਂ ਉਹਨਾਂ ਨੇ ਕਿਹਾ, ਇਹ ਮੇਰੀ ਮੰਗ ਹੈ, ਮੈਂ ਇਸ ਨੂੰ ਹੀ ਵਿਆਹਾਂਗਾ, ਵਿਆਹ ਲਿਆਵਾਂਗਾ। ਆਪਣੀ ਮੰਗ ਨੂੰ ਵਿਆਹੁਣ ਲਈ ਤੱਖੀ ਨਾਗ ਨੂੰ ਸੁਨੇਹਾ ਲਾਇਆ, ਤਾਂ ਤੱਖੀ ਨਾਗ ਨਾਲ ਆਪਣੇ ਨਾਲ ਵਿਚਾਰ ਵਟਾਂਦਰਾ ਕਰਕੇ ਉਹਨੂੰ ਸਾਰੀ ਗੱਲ ਦੱਸੀ। ਤਾਂ ਤੱਖੀ ਨਾਗ ਨੇ ਆਪਣੀ ਦੇਹ ਪਲਟੀ, ਤਾਂ ਸਵਾ ਪੈਰ ਦੇ ਰੂਪ ਵਿੱਚ ਮੱਛਰ ਦਾ ਰੂਪ ਧਾਰ ਕੇ ਧਾਰੂ ਦੇਸ਼ ਵਿੱਚ ਪਹੁੰਚ ਗਏ। ਅਤੇ ਉੱਥੇ ਜਾ ਕੇ ਬੜੇ ਇੱਕ ਬਜ਼ੁਰਗ ਦਾ ਰੂਪ ਧਾਰ ਲਿਆ। ਉੱਧਰ ਵੀ ਕਰਾਮਾਤ ਹੋਈ, ਉੱਧਰੋਂ ਰਾਜੇ ਦੀ ਲੜਕੀ ਨੂੰ ਇੱਕ ਜ਼ਹਿਰੀਲਾ ਨਾਗ ਡੱਸ ਲੈਂਦਾ ਹੈ। ਰਾਜੇ ਵਾਲੇ ਬਹੁਤ ਸਾਰੇ ਵੈਦਾਂ ਕੋਲ ਲਿਆਇਆ ਜਾਂਦਾ ਹੈ, ਪਰੰਤੂ ਕਿਸੇ ਕੋਲ ਉਸ ਦਾ ਇਲਾਜ ਨਹੀਂ ਹੁੰਦਾ, ਕੋਈ ਆਰਾਮ ਨਹੀਂ ਆਉਂਦਾ। ਪੂਰੇ ਸ਼ਹਿਰ ਵਿੱਚ ਹੋਕਰਾ ਵੱਜ ਗਿਆ। ਰਾਜੇ ਦੇ ਇੱਕੋ ਇੱਕ ਲੜਕੀ ਹੈ, ਉਸਨੂੰ ਨਾਗ ਨੇ ਡੱਸ ਲਿਆ ਹੈ। ਉਹ ਸਾਰੇ ਵਿੱਚ ਜ਼ਹਿਰ ਫੈਲ ਗਿਆ। ਉੱਧਰ ਤੱਖੀ ਨਾਗ ਨੇ ਬਜ਼ੁਰਗ ਦਾ ਰੂਪ ਧਾਰਿਆ ਹੋਇਆ ਸੀ, ਜੋ ਕਿ ਤੱਖੀ ਨਾਗ ਨੇ ਬਜ਼ੁਰਗ ਦਾ ਰੂਪ ਧਾਰਿਆ ਹੋਇਆ ਸੀ। ਅਤੇ ਉੱਥੇ ਆਉਂਦੇ ਜਾਂਦੇ ਰਾਹਗਿਰੀਆਂ ਨੂੰ ਪੁੱਛਦੇ ਨੇ ਕਿ ਇਹ ਸ਼ਹਿਰ ਦੇਸ਼ ਘਾਰੂ ਦੇਸ਼ ਬੜਾ ਖੁਸ਼ੀ ਨਾਲ ਭਰਿਆ ਹੁੰਦਾ ਹੈ, ਅਤੇ ਇਹ ਸ਼ਹਿਰ ਅੱਜ ਸੋਗ ਕਿਉਂ ਹੋ ਰਿਹਾ ਹੈ, ਕੀ ਗੱਲ ਹੋਈ ਹੈ? ਤਾਂ ਲੋਕਾਂ ਨੇ ਦੱਸਿਆ ਕਿ ਇੱਥੇ ਇੱਕ ਰਾਜਾ ਹੈ, ਉਸ ਦੀ ਲੜਕੀ ਨਾਗ ਨੇ ਡੰਗਿਆ ਹੋਇਆ ਹੈ, ਉਸ ਦਾ ਕੋਈ ਇਲਾਜ ਨਹੀਂ ਹੋ ਰਿਹਾ, ਇਸ ਕਰਕੇ ਸੋਗ ਹੋਇਆ ਹੈ। ਤਾਂ ਤੱਖੀ ਨਾਗ ਨੇ ਕਿਹਾ, ਮੈਨੂੰ ਉਸ ਲੜਕੀ ਕੋਲ ਲੈ ਜਾਓ, ਹੋ ਸਕਦਾ ਹੈ ਉਸ ਨੂੰ ਆਰਾਮ ਆ ਜਾਵੇ। ਹੁਣ ਜਦ ਲੋਕਾਂ ਨੇ ਸੁਣਿਆ ਤਾਂ ਨੌਜਵਾਨਾਂ ਨੇ ਉਸ ਬਜ਼ੁਰਗ ਨੂੰ ਚੱਕ ਰਾਜੇ ਕੋਲ ਲੈ ਗਏ। ਇਹ ਤੁਹਾਡੀ ਲੜਕੀ ਨੂੰ ਠੀਕ ਕਰਨ ਦਾ ਦਾਅਵਾ ਕਰਦੇ ਨੇ। ਹੁਣ ਰਾਜਾ ਹੋਰ ਪਾਸਿਓਂ ਹਾਰ ਚੁੱਕਾ ਸੀ,
उसने देखा कि ता बजुर्ग ने देखा जो तखी नाग का रूप धारिया होया सी ता उन्होंने कहा चार पावे बनाउण लई हुक्म दिता। ता एक पावा लड़की दे पैर नाल बन्या सवाया ता लड़की एक पैर दी उंगल हिली अते जदों पैर नाल दूजा पावा चुहाया ता दूजा पैर हिलन लग पिया अते तीजा पावा शरीर दे नाल सुहाया ता पूरा शरीर हिलन लग पिया। ता एक पावा उन्होंने रख लिया। फिर उन्होंने राजे तो पूछया कि ये लड़की का पहला कित्थे मंगना होया है। ता उन्होंने दसिया कि इस लड़की का मंगना गदर रेड़ा पिंड दे विच गदरेड़ा पिंड दे विच गुगे पीर दे नाल होया सी पर किसी कारण करके यह मंगना टुट गया सी। तां बजुर्ग कहन लग किसी करके इस लड़की का मंगना उत्थे होवेगा तद ही यह जिंदा होवेगी नहीं तो यह मर जावेगी। तां राजा रिजी कहन लगे तुसी इस लड़की नू ठीक कर देवो असी तुहाडे हथ सहा चिट्ठी भेज देंगे। ये चिट्ठी गुग्गा पीर दे घर दिया नू देओ तां असी तुहानू 8 दिनां दा सहा भेज देंगे। 8 दिनां विच आ के इस लड़की नाल फेरे ले लैंदा है गुग्गा तां असी लड़की ब्याह देवांगे अते तोर देवांगे। उन्हां दी चिट्ठी लिखी तां सहा कुल लिख दिता। राजे तखी दे मन विच कुछ होर सी कि यह बजुर्ग है। तू राजे दे मन विच कुछ होर सी कि बजुर्ग है। 8 दिनां विच इह नहीं पहुँच पाउंदा नहीं पहुँचा जाएगा टाइम लग जाना है अते रास्ते विच किते मर खप जाना है। उस तो आया जाना नहीं अते जो मेरी लड़की है वह बच जाएगी। पर उन्होंने नहीं पता सी कि ये आम बजुर्ग नहीं है। ये तखी नाग ने अपनी देह बदली हुई है। तां जांदे उस बजुर्ग नू नौजवानां ने उन्हां नू चक के घर उदेस बजीबियां दे विच रख दिता। तां जदों उस बजुर्ग नू उन्हां बजीबियां दे विच रख दिता तां नौजवान जदों दूर चले गए तां तखी नाग ने अपना रूप बदल लिया। सवा पैर दा रूप धारिया मच्छर दे रूप विच पहुँच गया गुग्गा जहर पीर दे कोल। माई वाशिल दे नाल गल्लां करदा है उस नू दसदा है सारी गल बात। हुण माई वाशिल दे नाल करदा अगे की गल किसे ब्याह होया किस तरह बरात पहुँचदी है। देखते रहो अपना चैनल जग्गी मोटो ब्लॉग ते वीडियो नू जरूर लाइक शेयर करते रहो। तुहानू वीडियो किस तरह की लगी अपने कमेंटा दे विच जरूर अपनी रायवाड़ी दिंदे रहा करो अते वीडियो नू जरूर लाइक शेयर करते रहा करो। तुहाडा अपना चैनल जग्गी मोटो ब्लॉग चलदियां अगली वीडियो तुहानू बहुत ही जल्दी दिखावांगे। जिन्होंने अजे तक अपना चैनल सबसक्राइब नहीं किया प्लीज़ वो अपना चैनल सबसक्राइब कर लैन। छाजली